ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਤਾਂ ਏਵਨ ਨਿਊਜ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਜੀ ਖਰੀਆਂ ਖਰੀਆਂ। ਦੋਸਤੋ ਖਬਰ ਲੈਂਦੇ ਹਾਂ ਜੀ ਨਵੇਂ ਸ਼ਹਿਰ ਤੋਂ। ਮੈਂ ਦੱਸਿਆ ਸੀ ਕਿ ਪਿਛਲੇ ਦਿਨੀ ਇੱਕ ਖਬਰ ਕੀਤੀ ਸੀ ਕਿ ਮੱਖਣ ਸਿੰਘ ਦੇ ਘਰ ਕੁਝ ਲੋਕਾਂ ਨੇ ਇਸ ਕਰਕੇ ਅਟੈਕ ਕਰ ਦਿੱਤਾ ਕਿ ਉਹ ਫੌਰਨ ਤੋਂ ਵਾਪਸ ਆਇਆ ਹੋਇਆ ਸੀ, ਲੇਕਿਨ ਇਹ ਖਬਰ ਬੜੀ ਵਾਇਰਲ ਹੋਈ ਸੀ ਕਿ NRI ਦੇ ਘਰ ਕੁਝ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ। ਲੇਕਿਨ ਜਦੋਂ ਮੋਹਰਿਓਂ ਉਹਨਾਂ ਨੇ ਲਲਕਾਰਿਆ ਤਾਂ ਉਹ ਲੋਕ ਭੱਜਣ ਲਈ ਇੱਕ ਕਾਰ ਦਾ ਸਹਾਰਾ ਲਿਆ, ਉਹੋ ਹੀ ਕਾਰ ਅੱਗੇ ਜਾ ਕੇ ਖੇਤਾਂ ਵਿੱਚ ਅਟਕ ਗਈ ਤਾਂ ਉਹਨਾਂ ਨੂੰ ਕਾਰ ਛੱਡ ਕੇ ਭੱਜਣਾ ਪਿਆ। ਦੋਸਤੋ ਇਸ ਖਬਰ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵਾਰਦਾਤ ਜਾਂ ਹਮਲਾ ਹੁੰਦਾ ਹੈ ਤਾਂ ਉਸ ਦੀ ਜੇ ਆਪਾਂ ਪਰਖ ਕਰੀਏ ਤਾਂ ਕਿਤੇ ਨਾ ਕਿਤੇ ਆਪਣੇ ਲੋਕ ਵੱਧ ਜੁੜੇ ਹੁੰਦੇ ਨੇ। ਲੇਕਿਨ NRI ਮੱਖਣ ਸਿੰਘ ਦੇ ਉੱਪਰ ਅਟੈਕ ਕਰਾਉਣ ਵਾਲੀ ਕੋਈ ਹੋਰ ਨਹੀਂ ਬਲਕਿ ਉਸਦੀ ਆਪਣੀ ਹੀ ਪਤਨੀ ਜਸਵਿੰਦਰ ਕੌਰ ਹੈ। ਜਸਵਿੰਦਰ ਕੌਰ ਨੇ ਕੈਨੇਡਾ ਤੋਂ ਕੁਝ ਲੋਕਾਂ ਨੂੰ ਸੁਪਾਰੀ ਦਿੱਤੀ ਔਰ ਸੁਪਾਰੀ ਦੇ ਵਿੱਚ ਜੋ ਵੀ ਉਹਨਾਂ ਦੀ ਰਕਮ ਤੈਅ ਹੋਈ ਉਸਨੇ ਕਿਹਾ ਕਿ ਮੱਖਣ ਸਿੰਘ ਨੂੰ ਤੁਸੀਂ ਖਤਮ ਕਰ ਦਿਓ। ਕਿਉਂਕਿ ਜੇ ਮੱਖਣ ਸਿੰਘ ਦੀ ਗੱਲ ਕਰੀਏ ਜਸਵਿੰਦਰ ਕੌਰ ਨੇ ਬਹੁਤ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਕਿ ਮੱਖਣ ਸਿੰਘ ਕਰੈਕਟਰ ਦਾ ਠੀਕ ਇਨਸਾਨ ਨਹੀਂ ਹੈ, ਉਹ ਕੈਨੇਡਾ ਦੇ ਵਿੱਚ ਸਿਰਫ ਇਸ ਕਰਕੇ ਉਸਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਕਿ ਮੈਂ ਪੱਕਾ ਹੋ ਜਾਵਾਂ, ਲੇਕਿਨ ਹੁਣ ਜਦੋਂ ਉਹ ਪਿੰਡ ਆਇਆ ਹੋਇਆ ਸੀ ਤਾਂ ਆਪਣੀ ਤੀਸਰੀ ਸ਼ਾਦੀ ਰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਹੋ ਗਿਆ ਬਹੁਤ ਵੱਡਾ ਖੁਲਾਸਾ। ਇਸ ਸਾਰੇ ਮੁੱਦੇ ਨੂੰ ਦੱਸਦਿਆਂ ਹੋਇਆ ਪੁਲਿਸ ਆਫਿਸਰ ਨੇ ਕੀ ਕਿਹਾ, ਸੁਣੋ ਤੁਸੀਂ। ਸਾਡੇ 26 ਜਨਵਰੀ ਵਾਲੇ ਦਿਨ ਬੜੀ ਸੈਂਸੇਸ਼ਨਲ ਵਾਰਦਾਤ ਹੋਈ ਸੀ ਗੁਰਾਇਆ ਏਰੀਏ 'ਚ। ਇੱਕ NRI ਮੱਖਣ ਸਿੰਘ ਦੇ ਅਣਪਛਾਤੇ ਬੰਦਿਆਂ ਨੇ ਆ ਕੇ ਫਾਇਰ ਕਰ ਦਿੱਤਾ ਸੀ ਉਹਨੂੰ ਮਾਰਨ ਦੀ ਨੀਤ ਨਾਲ। ਲੱਕੀਲੀ ਉਹ ਜਿਹੜੀ ਗੋਲੀ ਉਹਦੇ ਲੱਤ 'ਚ ਲੱਗੀ ਅਤੇ ਉੱਥੋਂ ਉਸ 'ਤੇ ਹਮਲਾ ਕਰਨ ਤੋਂ ਬਾਅਦ ਇਹ ਅਣਪਛਾਤੇ ਜਿਹੜੇ ਲੋਕ ਆ ਉੱਥੋਂ ਫਰਾਰ ਹੋ ਗਏ ਸੀ। ਔਰ ਅਸੀਂ ਜਿਹੜਾ CIA 2 ਦੇ ਇੰਚਾਰਜ ਸ਼ਿਵ ਕੁਮਾਰ, SPD ਬਲਕਾਰ ਸਿੰਘ ਜੀ, ਸੁਰਿੰਦਰ ਮੋਹਨ DSP ਸਾਹਿਬ, ਇਹਨਾਂ ਸਾਰਿਆਂ ਨੇ ਰਲ ਕੇ ਬੜਾ ਮੌਕੇ 'ਤੇ ਪਹੁੰਚ ਕੇ ਬਰੀਕੀ ਨਾਲ ਇਨਵੈਸਟੀਗੇਸ਼ਨ ਕੀਤੀ ਔਰ ਉਸ ਦੇ ਨਾਕੇ ਲੱਗੇ ਹੋਣ ਕਰਕੇ ਕਾਰ ਉੱਥੇ ਸਕੌਡਾ ਵੀ ਛੱਡ ਕੇ ਚਲੇ ਗਏ ਸੀ ਮੁਲਜ਼ਮ। ਜਦੋਂ ਅਸੀਂ ਚੈੱਕ ਕੀਤਾ ਤਾਂ ਹੁਸ਼ਿਆਰਪੁਰੋਂ ਚੋਰੀ ਹੋਈ ਸੀਗੀ ਗੱਡੀ। ਸੋ ਉਹਨੂੰ ਪ੍ਰੋਫੈਸ਼ਨਲ ਤੌਰ 'ਤੇ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਅਸੀਂ ਉਹਦੇ ਵਿੱਚ ਕੁਲਵੰਤ ਸਿੰਘ ਇੱਕ ਮੁਲਜ਼ਮ, ਇੱਕ ਰਜਿੰਦਰ ਰਾਜੂ, ਇਹ 2 ਗ੍ਰਿਫਤਾਰ ਕੀਤੇ। ਔਰ ਗੱਲ ਇਹ ਸਾਹਮਣੇ ਆਈ ਕਿ ਇਹ ਸਾਰੀ ਗੱਲ ਜਿਹੜੀ ਹੈ ਸੁਪਾਰੀ ਲਈ ਸੀ। ਮੱਖਣ ਸਿੰਘ ਜਿਹੜਾ ਵਿਕਟਿਮ ਸੀ ਉਹਦੀ ਤੀਸਰੀ ਮੈਰਿਜ ਹੋਈ ਸੀ ਹੁਣ ਇੰਡੀਆ ਆ ਕੇ। ਉਹਦੀ ਸੈਕਿੰਡ ਵਾਈਫ ਜਿਹੜੀ ਹੈ ਜਸਵਿੰਦਰ ਕੌਰ ਵੈਂਕੂਵਰ ਤੋਂ, ਉਹਨੇ 2.5 ਲੱਖ ਰੁਪਏ ਦੇ ਵਿੱਚ ਸੁਪਾਰੀ ਦੀ ਗੱਲ ਕੀਤੀ ਸੀਗੀ ਕੁਲਵੰਤ ਉਹਨਾਂ ਨਾਲ, ਅਤੇ ਨਾਲ ਇਹਦੇ ਸਾਥੀ ਨੇ ਅਰੁਣ ਏਲੀਅਸ ਜੋਗਾ ਅਤੇ ਇੱਕ ਲੜਕਾ ਹੈਗਾ ਸੂਰਜ ਕੁਮਾਰ ਅਤੇ 2 ਇਹਨਾਂ ਨੇ ਹੋਰ ਲੜਕਾ ਸੱਤਾ ਅਤੇ ਭੋਲਾ, ਇਹ ਬੰਦਿਆਂ ਨਾਲ ਤਾਲਮੇਲ ਕਰਕੇ ਇਹ ਇਹਨਾਂ ਨੇ 2.5 ਲੱਖ 'ਚ ਸਾਰਾ ਕੰਮ ਕਰਨ ਦੀ ਇਹਨਾਂ ਨਾਲ ਸੌਦਾ ਹੋਇਆ ਸੀ। ਉਹ 'ਚੋਂ 1.5 ਲੱਖ ਰੁਪਇਆ ਆਲਰੇਡੀ ਜਸਵਿੰਦਰ ਕੌਰ ਨੇ ਇਹਨਾਂ ਨੂੰ ਭੇਜ ਦਿੱਤਾ ਸੀ ਅਤੇ ਕੁਲਵੰਤ ਕੋਲ 50,000 ਰੁਪਏ ਇਹਦੇ ਹਿੱਸੇ ਆਏ ਸੀ ਜਿਹੜਾ ਅਸੀਂ ਮੁਲਜ਼ਮ ਗ੍ਰਿਫਤਾਰ ਕੀਤਾ, ਉਹ 'ਚੋਂ 30,000 ਅਸੀਂ ਰਿਕਵਰ ਕਰ ਲਿਆ ਫਰੌਤੀ ਦੀ ਜਿਹੜੀ ਮਨੀ ਸੀ। ਬਿਲਕੁਲ ਜੀ, ਇਹ ਸੁਪਾਰੀ ਦਿੱਤੀ ਗਈ ਸੀ ਔਰ ਕਹਿੰਦੇ ਹੁੰਦੇ ਆ ਕਿ ਇਸ ਤਰ੍ਹਾਂ ਦੀ ਖਬਰ ਜਿਹੜੀ ਹੈ, ਇਸ ਤਰ੍ਹਾਂ ਦੀਆਂ ਖਾਸ ਕਰਕੇ ਜਿਹੜੀਆਂ ਵਾਰਦਾਤਾਂ ਹੈ ਉਹਨਾਂ ਦੀ ਤੈਅ ਜਿਹੜੀ ਹੈ ਉਹ ਗੁੱਜੀ ਨਹੀਂ ਰਹਿੰਦੀ, ਇੱਕ ਨਾ ਇੱਕ ਦਿਨ ਸਾਹਮਣੇ ਜ਼ਰੂਰ ਆਉਂਦੀ ਹੈ। ਜਸਵਿੰਦਰ ਕੌਰ ਨੇ ਸੁਪਾਰੀ ਦਿੱਤੀ, ਉਹ ਦੋਵੇਂ ਦੋਸ਼ੀ ਪਕੜੇ ਗਏ ਨੇ, ਪੁਲਿਸ ਹੁਣ ਹੋਰ ਮਾਮਲਿਆਂ ਦੀ ਜਾਂਚ ਕਰੇਗੀ। ਇਹ ਸਾਰਾ ਕੁਛ ਜਦੋਂ ਕਲੀਅਰ ਹੋਏਗਾ ਤਾਂ ਫਿਰ ਪੁਲਿਸ ਆਵੇਗੀ ਪ੍ਰੈਸ ਦੇ ਸਾਹਮਣੇ ਤਾਂ ਫਿਰ ਬਿਆਨ ਕਰੇਗੀ ਉਹ ਪੂਰੀ ਸੱਚਾਈ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸਦੀ ਪੁਖਤਾ ਜਾਣਕਾਰੀ ਹੈ ਤਾਂ ਪਲੀਜ਼ ਉਸਦੀ ਪੂਰੀ ਫੁਟੇਜ ਮੇਲ ਕਰ ਸਕਦੇ ਹੋ। ਮੇਲ ID ਹੈ khariankhariyan@gmail.com। ਸੰਪਰਕ ਕਰਨਾ ਚਾਹੁੰਦੇ ਹੋ 6288-3739 'ਤੇ ਕਰ ਸਕਦੇ ਹੋ। ਔਰ ਦੋਸਤੋ ਏਵਨ ਪੰਜਾਬੀ ਅਤੇ ਏਵਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਏਵਨ ਪੰਜਾਬੀ ਅਤੇ ਏਵਨ ਨਿਊਜ਼ ਦੀ ਹਰ ਅਪਡੇਟ ਨਾਲ ਜੁੜ ਸਕੋ। If you like this video, please subscribe the channel, like and share this video. Even Punjabi da sare darshakan nu desh videsh diyan sangatan nu tohfa. Even Punjabi utte koi vi dharmik samagam ya pendu khedan live karwa sakde ho sirf 15,000 rupaye vich. Ji haan, sirf 15,000 rupaye vich tuhanu multi setup de naal mixer de naal milega worldwide live on Even Punjabi TV.
ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ 'ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ।